ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਰਵਿਦਾਸ ਮੰਦਰ ਢਾਉਣ ਦੇ ਮਾਮਲੇ 'ਚ ਸੈਲਫੀਆਣਾ ਦੇ ਇਲਾਕਾ ਨਿਵਾਸੀਆਂ ਵੱਲੋਂ ਨਵਾਂ ਸ਼ਹਿਰ ਅਤੇ ਫਲੋਰ ਰੋਡ ਕੀਤਾ ਜਾਮ। ਬੀਤੇ ਦਿਨ ਦਿੱਲੀ ਦੇ ਤੁਗਲਕਾਬਾਦ ਦੀ ਪੂਜਿਤ ਰਵਿਦਾਸ ਮਹਾਰਾਜ ਦੇ ਪੁਰਾਤਨ ਅਤੇ ਇਤਿਹਾਸਿਕ ਮੰਦਰ ਨੂੰ ਢਾਉਣ ਨੂੰ ਲੈ ਕੇ ਸੈਲਫੀਆਣਾ ਦੇ ਇਲਾਕਾ ਨਿਵਾਸੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਮੇਨ ਰੋਡ ਨਵਾਂ ਸ਼ਹਿਰ ਅਤੇ ਫਲੋਰ ਨੂੰ ਜਾਮ ਕਰਦੇ ਹੋਏ ਮੋਦੀ ਅਤੇ ਕੇਜਰੀਵਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਉਹਨਾਂ ਨੇ ਮੋਦੀ ਅਤੇ ਕੇਜਰੀਵਾਲ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਰਵਿਦਾਸ ਮੰਦਰ ਦੀ ਉਸਾਰੀ ਕਰਨ ਅਤੇ ਗੁਰੂ ਰਵਿਦਾਸ ਜੀ ਦੀ ਮੂਰਤੀ ਦਾ ਸਤਿਕਾਰ ਸਹਿਤ ਸਥਾਪਨਾ ਕਰਨ। ਸੋ ਆਪਾਂ ਨੇ ਉਸੇ ਹੀ ਚੀਜ਼ ਨੂੰ ਮੁੱਖ ਰੱਖਦੇ ਹੋਏ ਆਪਾਂ ਇਹ ਰੋਸ ਵਿਚਾਰੇ ਕੀਤੇ ਆ। ਵਾਹਿਗੁਰੂ ਉਹਨਾਂ ਲੋਕਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਦਵਾਏ ਕਿ ਇਹ ਜੋ ਗਰੀਬ ਲੋਕ ਹਨ ਇਹਨਾਂ ਦੀ ਜੋ ਅਸੀਂ ਦਿਲ ਦੁਖੀ ਕੀਤਾ ਹੈ ਉਸ ਨੂੰ ਅਸੀਂ ਬੜੇ ਸਚੇ ਢੰਗ ਦੇ ਨਾਲ ਇਹਨਾਂ ਨੂੰ ਦੁਬਾਰਾ ਹੀ ਉਸ ਜਖ ਨੂੰ ਭਰ ਲਈਏ। ਸੋ ਜੋ ਅੱਜ ਸੇਲਕਿਆਣਾ ਪਿੰਡ ਵਿੱਚ ਧਰਨਾ ਲਗਾਇਆ ਗਿਆ ਹੈ ਇਹ ਆਲੇ ਦੁਆਲੇ ਅਤੇ ਪੰਜਾਂ ਸੱਤਾਂ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਲਾਇਆ ਗਿਆ ਹੈ ਜੋ ਕਿ ਦਿੱਲੀ ਵਿੱਚ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਗੁਰਦੁਆਰਾ ਢਾਇਆ ਗਿਆ ਹੈ। ਉਸ ਦੀ ਇਸ ਧਰਨੇ ਵਿੱਚ ਪ੍ਰਯੋਗ ਸ਼ਬਦਾਂ ਨਾਲ ਨਿੰਦਾ ਕੀਤੀ ਜਾਂਦੀ ਹੈ ਅਤੇ ਜੋ ਸੁਪਰੀਮ ਕੋਰਟ ਦੇ ਜੱਜਾਂ ਨੇ RSS ਦੇ ਇਸ਼ਾਰੇ 'ਤੇ ਸਾਡੇ ਸਮਾਜ ਨਾਲ ਧੱਕੇਸ਼ਾਹੀ ਕੀਤੀ ਹੈ ਉਸ ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਜੋ ਸਮਾਜ ਨੂੰ ਸਾਡਾ ਜੋ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਆ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਅਤੇ ਸਮੂਹ ਸੰਗਤ ਦਾ ਇਲਾਕੇ ਵਾਸੀਆਂ ਦਾ ਇੱਥੇ ਪਹੁੰਚਣ ਅਤੇ ਧਰਨੇ ਵਿੱਚ ਸ਼ਾਮਲ ਹੋਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅੱਜ ਦਾ ਇਹ ਜਿਹੜਾ ਰੋਸ ਨਜ਼ਾਰਾ ਆ ਪੰਜਾਬ ਸ੍ਰੀ ਗੁਰੂ ਅਰਦਾਸ ਸਾਹਿਬ ਤੋਂ ਸੰਪਦਾ ਸੋਟੀ ਪੰਜਾਬ ਦੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਪਿੰਡ ਸੇਲਕਿਆਣਾ ਵਿਖੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਖ ਵੱਖ ਸ੍ਰੀ ਗੁਰੂ ਅਰਦਾਸ ਸਾਧੂ ਸਮਾਗਮਾਂ ਔਰ ਸਾਡੇ ਸੇਲਕਿਆਣੇ ਤੋਂ ਹੋਰ ਪਿੰਡਾਂ ਤੋਂ ਵੱਖ ਵੱਖ ਸਾਡੇ SC ਭਾਈਚਾਰੇ ਨਾਲ ਸੰਬੰਧਿਤ ਹੋਰ ਸਾਡੇ BC ਜਾਂ ਜੋ ਵੀ ਸੀਗੇ ਅੱਜ ਇਸ ਰੋਸ ਨਜ਼ਾਰੇ ਦੇ ਵਿੱਚ ਜੋ ਵੀ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਨਾਮ ਲੇਵਾਂ ਸਕਦਾ ਆ ਉਹ ਸ਼ਾਮਲ ਹੋਈਆਂ ਤਾਂ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੂੰ ਇਸ ਬਾਰੇ ਪਤਾ ਲੱਗ ਸਕੇ ਕਿ ਅਸੀਂ ਜਿਹੜਾ ਇਤਿਹਾਸਕ ਬਹੁਤ ਵੱਡਾ ਗਲਤ ਕਦਮ ਚੁੱਕਿਆ ਕਿ ਸਾਡੀ ਸੋਚ ਤੋਂ ਪਰੇ ਸੀਗਾ ਜਾਂ ਜਿਹੜੇ ਸੁਪਰੀਮ ਕੋਰਟ ਦਾ ਜੱਜ ਸੀ ਉਹਨੂੰ ਇਹ ਪਤਾ ਨਹੀਂ ਸੀ ਕਿ ਇਤਿਹਾਸਕ ਥਾਂ ਆ ਇਹ ਇਤਿਹਾਸਕ ਯਾਦਗਾਰ ਆ ਜਿਹਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ। ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਅਸੀਂ ਇਹ ਜਿਹੜਾ ਅਦਾਲਤਾਂ ਦੇ ਨਾਲ ਅਦਾਲਤਾਂ ਦੇ ਰਹਿਪੜਾਂ ਦੇ ਯਾਦਗਾਰਾਂ ਆ ਉਹਨਾਂ ਦੇ ਨਾਲ ਇਹ ਬੜਾ ਉਹਨਾਂ ਦੇ ਨਾਲ ਖਿਲਵਾੜ ਹੋਇਆ ਆ ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰੂ ਪਊਗਾ। ਜਿੰਨਾ ਚਿਰ ਵੀ ਇਹ ਜਿਹੜੀ ਯਾਦਗਾਰ ਆ ਸੈਂਟਰ ਦੀ ਸਰਕਾਰ ਦਿੱਲੀ ਦੀ ਸਰਕਾਰ ਉਹ ਯਾਦਗਾਰ ਨੂੰ ਸ਼੍ਰੀ ਤਬਲੋਬਾਦ ਜਿਹੜੇ ਬਣਾਈ ਆ ਚਮਾਰ ਵਾਲਾ ਸਥਾਨ ਦੇ ਉੱਤੇ ਜਿੰਨਾ ਚਿਰ ਉਹਨੂੰ ਦੁਬਾਰਾ ਸੋਖਤ ਨਹੀਂ ਕਰਦੀ ਔਰ ਮੂਰਤੀਆਂ ਸੋਖਤ ਨਹੀਂ ਕਰਦੀ ਇਹ ਜਿਹੜਾ ਪੰਜਾਬ ਦਾ ਸ੍ਰੀ ਗੁਰੂ ਅਰਦਾਸ ਸਾਧੂ ਸੰਪਦਾ ਸੋਸਾਇਟੀ ਦੇ
ਵਿਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਵੱਖ ਵੱਖ ਥਾਂ 'ਤੇ ਬੰਦ ਦਾ ਸੱਦਾ ਦਿੱਤਾ ਗਿਆ, ਉਨਾ ਚਿਰ ਜਾਰੀ ਰਹੇਗਾ। ਔਰ ਅਸੀਂ ਆਸ ਕਰਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਵੀ ਇੱਥੇ ਹਰ ਜਗ੍ਹਾ ਹੀ ਇਹ ਸ਼ਾਂਤੀਪੂਰਨ ਹੋਊਗਾ, ਕੋਈ ਵੀ ਦੁਰਘਟਨਾ ਨਹੀਂ ਹੋ ਸਕਦੀ। ਜੇ ਕੋਈ ਇੱਕੋ ਜਿਹੀ 1921 ਦੀ ਘਟਨਾ ਕਰਦਾ ਆ, ਉਹ ਸਾਡੇ ਅਰਦਾਸੀਆ ਧਰਮ ਦੇ ਨਾਲ ਸੰਬੰਧਿਤ ਨਹੀਂ ਹੋਊਗਾ।